ਧਾਰ ਕੇ ਮੂਰਤ ਹੈ ਜਗ ਆਇਓ ਲੋਕ ਸੁਣਿਓ ਪਰਲੋਕ ਸੁਣਿਓ ਵਿਦਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਪਾਰਿਓ ਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ ਆਦਿ ਕਰੋ ਗੁਰਦੇਵ ਕੋ ਬੰਦਨ ਵਾਹਿਗੁਰੂ ਮੁਖ ਮਾਹੀ ਆਚਾਰੀ ਦੁਇ ਕਲ ਜੋਰ ਕਰੋ ਚਰਣਾ ਪਰ ਜਉ ਸਦਾ ਗੁਰ ਕੋ ਬਲਿਹਾਰੀ ਕਾਨ ਸੁਣੇ ਉਪਮਾ ਗੁਰ ਕੀ ਗੁਰਮੂਰ ਧਿਆਨ ਹਿਰਦੈ ਮਹਿਤਾਰੀ ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਸੇਵਕ ਸਰਨ ਗਹੀ ਦਰਬਾਰੀ ਦੰਡੋਤ ਬੰਦਨ ਅਨਕ ਵਾਰ ਸਰਵ ਕਲਾ ਸਮਰੱਥ ਦੁਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਉਚਰੈ ਸ਼ਾਸਤਰ ਖਾਟ ਇੰਗ ਗਿਰਨ ਚੜ ਜਾਏ ਅੰਧ ਲਖੈ ਬਦਰਾ ਸੁਣੈ ਜੋ ਕਾਲ ਕਿਰਪਾ ਕਰਾਏ ਸਤਨਾਮ ਵਾਹਿਗੁਰੂ ਸਾਹਿਬ ਜੀ ਜਨ ਮਹਿ ਮੀਨ ਮਾਇਆ ਕੇ ਬੇਤੇ ਦੀਪਕ ਪਤੰਗ ਮਾਇਆ ਕੇ ਛੇਦੇ ਕਾਮ ਮਾਇਆ ਕੁੰਚਰ ਕੋ ਵਿਆਪੈ ਭਯੰਗਮ ਪਿਰੰਗ ਮਾਇਆ ਮਹਿ ਖਾਪੇ ਜਲ ਮਹਿ ਮੀਨ ਮਾਇਆ ਕੇ ਬੇਤੇ ਦੀਪਕ ਪਤੰਗ ਮਾਇਆ ਕੇ ਛੇਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਪਵਿੱਤਰ ਸਤਿਗੁਰੂ ਗਰੀਬ ਨਿਵਾਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਔਰ ਕਿਰਪਾਲਤਾ ਦਾ ਸਦਕਾ ਆਪ ਸਾਰੇ ਮਾਈ ਭਾਈ ਹੋਲੇ ਮਹੱਲੇ ਦਾ ਤਿਉਹਾਰ ਮਨਾ ਕੇ ਬਹੁਤ ਸਾਰੀਆਂ ਸੰਗਤਾਂ ਰਸਤੇ ਵਿੱਚ ਆਉਣ ਵਾਲੇ ਇਤਿਹਾਸਕ ਸਥਾਨਾਂ ਦੀ ਯਾਤਰਾ ਕਰਦੇ ਹੋਏ ਅੱਜ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਤਥਾ ਸੰਬੰਧਿਤ ਸਥਾਨਾਂ ਦੀ ਯਾਤਰਾ ਕਰਕੇ ਗੁਰੂ ਮਹਾਰਾਜ ਦੀ ਆਸ਼ੀਰਵਾਦ ਪ੍ਰਾਪਤ ਕਰ ਰਹੇ ਹੋ। ਚੱਲ ਰਹੀ ਸਥਾਨ ਮਰਯਾਦਾ ਦੇ ਮੁਤਾਬਕ ਅੰਮ੍ਰਿਤ ਵੇਲੇ ਪੰਜ ਬਾਣੀਆਂ ਦਾ ਨਿਤਨੇਮ ਸ਼੍ਰੀ ਆਸਾ ਜੀ ਵਾਰ ਦਾ ਕੀਰਤਨ ਹਰਜਸ ਅਤੇ ਅੰਮ੍ਰਿਤਮਈ ਪਾਵਨ ਗੁਰਬਾਣੀ ਵੀ ਚੱਲ ਰਹੇ ਲੜੀਵਾਰ ਵਿਚਾਰ ਜੋ 1166 ਅੰਕ 'ਤੇ ਚੱਲ ਰਹੀ ਹੈ ਭਗਤ ਬਾਣੀ ਵਿੱਚੋਂ ਵਿਚਾਰਾਂ ਸਰਵਣ ਕਰਦੇ ਆ ਰਹੇ ਹੋ। ਇਸ ਸ਼ਬਦ ਦੇ ਅੰਦਰ ਭਗਤ ਜੀ ਮਾਇਆ ਦਾ ਵਿਸਥਾਰ ਦੱਸਦੇ ਹੈ। ਵੈਸੇ ਤਾਂ ਪਰਮੇਸ਼ੁਰ ਦਾ
ਈਸ਼ਰ ਦੀ ਮਾਇਆ ਪਰਲੋ ਦਾ ਜਲ ਮਹਾਂਪੁਰਖਾਂ ਦਾ ਜੋ ਅਨੁਭਵ ਹੈ ਸਮੁੰਦਰ ਦਾ ਪਾਣੀ ਹੈ ਜਾਂ ਕੋਈ ਅੰਤ ਹਿਸਾਬ 'ਤੇ ਆਉਂਦਾ ਨਹੀਂ ਪਰ ਸਮਝਾਉਣ ਵਾਸਤੇ ਕੋਈ ਦ੍ਰਿਸ਼ਟਾਂਤ ਕੋਈ ਬਚਨ ਜਿਹੜੇ ਹੈ ਉਹ ਦੱਸੇ ਜਾਂਦੇ ਆ ਇਸ ਵਾਸਤੇ ਕਬੀਰ ਸਾਹਿਬ ਜੀ ਵੀ ਸਾਨੂੰ ਸਿੱਖਿਆ ਦੇਣ ਵਾਸਤੇ ਕੁਝ ਦ੍ਰਿਸ਼ਟਾਂਤਾਂ ਦਾ ਵਰਣਨ ਕਰਨਗੇ ਆਮ ਤਾਂ ਇਹੀ ਹੈ ਕਿ ਮਾਇਆ ਜੋ ਰੁਪਈਆ ਪੈਸਾ ਇਹ ਹੈ ਜਾਂ ਚੇਤਨ ਮਾਇਆ ਜਾੜਾ ਉਹ ਚੇਤਨ ਦੋ ਭੇਦਾਂ ਜਿਹਾ ਪਰ ਕਬੀਰ ਸਾਹਿਬ ਜੀ ਦਾ ਕਾਫੀ ਨਿਰਣਾ ਕਰਕੇ ਦੱਸ ਰਿਹਾ ਹੈ ਆਓ ਸਾਰੀਆਂ ਸੰਗਤਾਂ ਮਨ ਵਿੱਚ ਇਕਾਗਰਤਾ ਲਈ ਸਤਿਗੁਰੂ ਗੁਰਦੇਵ ਪਾਤਸ਼ਾਹ ਜੀ ਦੇ ਚਰਨਾਂ ਨੂੰ ਜੁੜੀਏ ਅਤੇ ਵਿਚਾਰ ਨੂੰ ਸਮਝੀਏ ਹਜ਼ੂਰ ਗਰੀਬ ਨਵਾਜ ਦੀ ਬਾਣੀ ਦੁਆਰਾ ਭਗਤਾਂ ਦੀ ਬਾਣੀ ਵਿੱਚ ਇਸ ਪ੍ਰਕਾਰ ਉਪਦੇਸ਼ ਦੇ ਰਹੇ ਹਨ ਸਤਨਾਮ ਵਾਹਿਗੁਰੂ ਜੀ ਜਲ ਮਹਿ ਮੀਨ ਮਾਇਆ ਕੇ ਬੇਤੇ ਇਹ ਮਾਇਆ ਦਾ ਪ੍ਰਭਾਵ ਇਹ ਨਹੀਂ ਕਿ ਮਨੁੱਖਾਂ 'ਤੇ ਹੈ ਦੇਵਤਿਆਂ 'ਤੇ ਜਾਂ ਦੈਂਤਾਂ 'ਤੇ ਹੈ ਇਹ ਤਾਂ ਜਿੰਨੀ ਵੀ 84 ਰਕ ਜੁਨੇ ਆ ਜੀਵ ਜੰਤ ਹੈ ਸਾਰਿਆਂ 'ਤੇ ਆਪੋ ਆਪਣੇ ਢੰਗ ਦਾ ਪ੍ਰਭਾਵ ਹੈ ਹੁਣ ਦੱਸਦੇ ਹੈ ਜਲ ਮੈਂ ਮੀਨ ਮਾਇਆ ਕੇ ਵੇਦੇ ਹੁਣ ਪਾਣੀ ਦੇ ਵਿੱਚ ਮੀਨ ਮੱਛ ਬਹੁਤ ਜਾਨਵਰ ਇਹਦਾ ਮਤਲਬ ਨਹੀਂ ਕਿ ਜੇ ਮੱਛੀ ਮੱਛਾਂ ਦਾ ਨਾਂ ਲੈ ਦਿੱਤਾ ਤਾਂ ਨਹੀਂ ਹੈ ਬਲਕਿ 42 ਲੱਖ ਜੀਵ ਜੰਤੂ ਪਾਣੀ 'ਚ ਹੈ ਉਹ ਇਸ ਦ੍ਰਿਸ਼ਟਾਂਤ ਤੋਂ ਸਾਰਿਆਂ ਦਾ ਹੀ ਨਿਰਣਾ ਲੈ ਲੈਣਾ ਜਿੰਨੇ ਵੀ ਪਾਣੀ 'ਚ ਰਹਿ ਰਿਹਾ ਅਤੇ ਹੁਣ ਸਮਝਾਉਣ ਲਈ ਸਾਰਿਆਂ ਦੀ ਗਿਣਤੀ ਤਾਂ ਬੜੀ ਔਖੀ ਹੁੰਦੀ ਹੈ ਫਿਰ ਵਿਸਥਾਰ ਵੀ ਬਹੁਤ ਹੋ ਜਾਂਦਾ ਪਰ ਥੋੜ੍ਹੇ ਜਿਹੇ ਸਿਆਣੇ ਬਹੁਤ ਵੱਡੀ ਗੱਲ ਸਮਝਾਉਂਦੇ ਆ ਗੁਰੂ ਮਹਾਰਾਜ ਤੱਕ ਆਪ ਸਾਰੀਆਂ ਸਿਆਣਪਾਂ ਦੇ ਮਾਲਕ ਹੈ ਕਹਿੰਦੇ ਜਿਵੇਂ ਪਾਣੀ ਵਿੱਚੋਂ ਮੱਛ ਆਦਿਕ ਜਾਨਵਰ ਆ ਉਹਨਾਂ ਨੂੰ ਮਾਇਆ ਪਾਣੀ ਉੱਪਰ ਕੇ ਲੱਗੀ ਹੈ ਉਹ ਇਸੇ ਗੱਲ ਦੇ ਵਿੱਚ ਵੇਦੇ ਬਿੰਨੇ ਹੋਏ ਆ ਹੁਣ ਉਹ ਜਿਹੜੇ ਪਾਣੀ ਦੇ ਜੀਵ ਹੈ ਉਹ ਥਲ ਵਿੱਚ ਉਸੇ ਵੇਲੇ ਮਰ ਜਾਣਗੇ ਕਿਉਂਕਿ ਉਹਨਾਂ ਦਾ ਜੀਵਨ ਆਧਾਰ ਜਿਹੜਾ ਉਹ ਪਾਣੀ ਹੈ ਇਸ ਕਰਕੇ ਜਿਹੜਾ ਪਾਣੀ ਹੈ ਉਹਨਾਂ ਨੂੰ ਮਾਇਆ ਰੂਪ ਕਰਕੇ ਵਿਆਪ ਰਿਹਾ ਉਹ ਇਸੇ ਵੇਦੇ ਮੈਨੇ ਬਿੰਨੇ ਹੋਏ ਹਨ ਦੀਪਕ ਪਤੰਗ ਮਾਇਆ ਕੇ ਛੇਤੇ ਦੀਪਕ ਜਿਹੜਾ ਦੀਵੇ ਦੀ ਲਾਟ ਹੈ ਉਹਦੇ 'ਤੇ ਪਤੰਗਾ ਜਿਹਨੂੰ ਭੋਖੜ ਕਹਿੰਦੇ ਆ ਉਹ ਛੇਦੇ ਕੱਟਿਆ ਜਾਂਦਾ ਭਾਵ ਉਹਦਾ ਨਾਸ ਹੋ ਜਾਂਦਾ ਉਹਦੇ ਵਾਸਤੇ ਜਿਹੜੀ ਦੀਵੇ ਦੀ ਲਾਟ ਹੈ ਉਹਦੀ ਮੌਤ ਦਾ ਕਾਰਨ ਹੈ ਉਹ ਹੀ ਮਾਇਆ ਰੂਪ ਹੋ ਕਰਕੇ ਵਿਆਪ ਰਹੀ ਹੈ ਦੀਪ ਮੈਂ ਪਤੰਗ ਮਰੈ ਜਰਾ ਨਾ ਪ੍ਰਤਾਪ ਜਾਣੇ ਮੀਨ ਸੋ ਅਗਿਆਨ ਪਖੈ ਕੁੰਡੀ ਮਿਲ ਮਾਸ ਕੋ ਗਜ ਗਜੀ ਹੇਤ ਪਰੈ ਖਾਸ ਖਾਸ ਅੰਕੁਸ ਕੋ ਰਾਗ ਮੈਂ ਖੁਰੰਗ ਰਾਗ ਕਰੇ ਨਿਜ ਨਾਸ ਇਸ ਤਰ੍ਹਾਂ ਜਿਹੜਾ ਉਹ ਦੀਵੇ ਦੀ ਲਾਟ ਹੈ ਉਹ ਪਤੰਗੇ ਨੂੰ ਮਾਇਆ ਰੂਪ ਹੋ ਕਰਕੇ ਵਿਆਪ ਰਹੀ ਹੈ ਰੂਪ
ਯਾਦ ਆਇਆ ਉਹ ਜਦੋਂ ਅੱਗ ਬਲਦੀ ਹੈ ਉੱਧਰ ਦੌੜਦਾ ਉੱਤੇ ਸੜ ਕੇ ਮਰ ਜਾਂਦਾ ਇਹ ਨਹੀਂ ਕਿ ਉੱਤੇ ਮੈਂ ਸੜ ਕੇ ਮਰ ਜਾਵਾਂਗਾ ਇਸ ਵਾਸਤੇ ਉਹਦੀ ਜਿਹੜੀ ਜਿਹੜੀ ਲਾਟ ਆ ਗਿਆ ਉਹਨੂੰ ਛੇਲੇ ਉਹਦਾ ਨਾਸ ਕਰ ਦਿੰਦੀ ਹੈ ਕਾਮ ਮਾਇਆ ਕੁੰਚਰ ਕਉ ਪਿਆਪੈ ਇਹ ਜਿਹੜੀ ਵਿਕਾਰ ਰੂਪੀ ਮਾਇਆ ਇਹ ਕੁੰਚਰ ਹਾਥੀ ਨੂੰ ਵਿਆਪ ਰਹੀ ਹੈ ਕਾਲ ਭੂਤ ਕੀ ਹਸਤਨੀ ਮਨ ਬੋਰਾ ਰੇ ਅੰਕਸ ਸਹਿਯੋਗ ਸੀਸ ਕਿਉਂਕਿ ਮਾਇਆ ਦੇ ਬਹੁਤ ਰੂਪ ਹੈ ਠਗਣੀ ਹੈ ਠਾਗ ਆਦਮੀ ਕਈ ਢੰਗ ਵਰਤਦਾ ਜਿਹੜਾ ਚੱਲ ਜਾਏ ਮਾਇਆ ਵੀ ਠਗਣੀ ਹੈ ਇਸ ਵਾਸਤੇ ਵੀ ਬਹੁਤ ਰੂਪਾਂ ਵਿੱਚ ਵਰਤਦੀ ਹੈ ਜਿਹੜਾ ਹਾਥੀ ਹੈ ਉਹਨੂੰ ਵੀ ਮਾਇਆ ਜਿਹੜੀ ਹੈ ਵਕਾਰ ਰੂਪ ਵਿੱਚ ਕਰਕੇ ਫਰਮਾ ਰਹੀ ਹੈ ਉਹਦਾ ਨਾਸ ਕਰ ਰਹੀ ਹੈ ਭਯੰਗਮ ਪਿਰੰਗ ਮਾਇਆ ਮਹਿ ਖਾਪੇ ਭਯੰਗਮ ਜਿਹੜੇ ਸੱਪ ਹੈ ਅਤੇ ਜਿਹੜਾ ਸਾਧ ਸਮਝੀ ਭੋਰਾ ਭੋਰੇ ਨੂੰ ਮਾਇਆ ਸੁਗੰਧੀ ਰੂਪ ਬਣ ਕੇ ਖਾਪੇ ਪਾ ਰਹੀ ਹੈ ਜਿਹੜਾ ਸੱਪ ਹੈ ਉਹਦੇ ਅੰਦਰੋਂ ਜ਼ਹਿਰ ਪੈਦਾ ਹੋ ਕੇ ਉਹਨੂੰ ਸਾੜ ਰਹੀ ਹੈ ਇਸ ਵਾਸਤੇ ਕੋਈ ਨਾ ਕੋਈ ਦੋਸ਼ ਉਹਦੇ 'ਚ ਐਸਾ ਪੈਦਾ ਹੋ ਜਾਂਦਾ ਜਿਹੜਾ ਸੱਪ ਹੈ ਜਦੋਂ ਪੀਣ ਵਜਾਉਂਦਾ ਤਾਂ ਯੋਗੀ ਦੀ ਪੀਣ ਉੱਤੇ ਸਾਨੂੰ ਖਿਲਾਰਦਾ ਉਹ ਪਟਾਰੀ ਪਾਲਣ ਦਾ ਫਿਰ ਉਹਨੂੰ ਮਾਰੇ ਜਾ ਕੇ ਉਹਦੀ ਮਰਜ਼ੀ 'ਤੇ ਹੈ ਉਹਨੂੰ ਜਿਹੜੀ ਪੀਣ ਦੀ ਆਵਾਜ਼ ਹੈ ਅਤੇ ਜਿਹੜਾ ਭੋਰਾ ਸੁਗੰਧੀ ਜਿਹੜੀ ਹੈ ਇਹ ਦੋਹਾਂ ਰੂਪਾਂ ਵਿੱਚ ਖਾਪੇ ਪਾ ਰਹੀ ਖਤਮ ਕਰ ਰਹੀ ਹੈ ਮਾਇਆ ਐਸੀ ਮੋਹਣੀ ਭਾਈ ਇਹ ਵੀ ਮਾਇਆ ਕਹਿੰਦੇ ਹੀ ਭਾਈ ਭਰਾਵੋ ਐਸੀ ਮੋਹਣੀ ਇਹਦੇ ਬੜੇ ਚਰਿੱਤਰ ਆ ਬੜੇ ਢੰਗ ਰੰਗ ਆ ਕਿਸੇ ਨਾ ਕਿਸੇ ਢੰਗ ਨਾਲ ਬੰਦੇ ਨੂੰ ਮੋਹਣੀ ਬੋਲਣ ਦੀ ਭਾਵ ਪ੍ਰਭਾਵਿਤ ਕਰਦੇ ਆ ਆਪਣਾ ਪ੍ਰਭਾਵ ਦੇ ਕੇ ਮੋਹ ਕੇ ਬੰਦੇ ਨੂੰ ਉਸ ਪਾਸੇ ਲਾ ਕੇ ਕਰਤਾਨ ਕਰਕੇ ਉਹਦਾ ਜੀਵਨ ਨਸ਼ਟ ਭ੍ਰਸ਼ਟ ਕਰ ਦਿੰਦੀ ਹੈ ਚੇਤੇ ਜੀ ਤੇਤੇ ਡਹਕਾਈ ਇਹ ਨਹੀਂ ਵੀ ਇੱਕ ਦੋ ਦਸਾਂ ਪੰਜਾਂ ਦੀ ਗੱਲ ਹੈ ਜਿੰਨੇ ਵੀ ਜੀ ਹੈ ਤੇਤੇ ਤਿਤਨੇ ਹੀ ਉਤਨੇ ਹੀ ਡਹਕਾਈ ਇਹਦੇ ਭਰਮਾਏ ਹੋਏ ਹਨ ਕਿਉਂਕਿ ਸਰਪਨੀ ਉੱਪਰ ਨਹੀਂ ਕੋ ਵਧੀਆ ਜਿਨ ਬ੍ਰਹਮਾ ਵਿਸ਼ਨ ਮਹਾ ਦਿਓ ਛਲਿਆ ਇਹ ਤਾਂ ਜਿਹਦੇ ਉੱਤੇ ਉਸ ਮਾਲਕ ਦੀ ਕਿਰਪਾ ਛਲ ਦੀ ਸ਼ਰਨ ਵਿੱਚ ਆ ਗਿਆ ਉਹ ਇਹਦੇ ਛਲਾਂ ਤੋਂ ਬਚਦਾ ਛਲ ਛਲਾਈ ਨਾ ਛਲੈ ਨਾ ਘਾਓ ਪਟਾਰਾ ਕਰ ਸਕੇ ਇਹ ਬਾਕੀ ਅਤੇ ਜਿੰਨਾ ਵੀ ਸੰਸਾਰ ਹੈ ਚਾਹੇ ਸਤੂ ਗੁਣੀ ਹੈ ਰਜੂ ਗੁਣੀ ਹੈ ਤਮੋ ਗੁਣੀ ਹੈ ਦੇਵਤੇ ਹੈ ਦਿਆਂਤ ਹੈ ਅਤੇ ਇਸੇ ਤਰ੍ਹਾਂ ਮਨੁੱਖ ਹੈ ਸਾਰਿਆਂ ਉੱਤੇ ਇਹਨਾਂ ਆਪਣਾ ਪ੍ਰਭਾਵ ਪਾਇਆ ਹੋਇਆ ਹੈ ਰਹਾਉ ਵਿਸਰਾਮ ਦੇ ਕੇ ਭਗਤ ਜੀ ਹੋਰ ਦ੍ਰਿਸ਼ਟਾਂਤ ਦਿੰਦੇ ਹਨ ਪੰਖੀ ਮ੍ਰਿਗ ਮਾਇਆ ਮਹਿ ਰਤੇ ਪੰਖੀ ਜਿਹੜੇ ਹੈ ਪੰਛੀ ਹੈ ਹੁਣ ਆਕਾਸ਼ ਵਿੜਨ ਵਾਲੇ ਹੈ ਕਾਬੂ ਕਰਨਾ ਬੜਾ ਔਖਾ ਪਰ ਉਹ ਚੋਗ ਖਿਲਾਰ ਦਿੰਦੇ ਆ ਉਹ ਚੋਗ ਦੇ ਲੋਭ ਵਿੱਚ ਆ ਜਾਂਦੇ ਆ ਉਹ ਜਿਹੜਾ ਦਾਣਿਆਂ ਦਾ ਲੋਭ ਹੈ ਉਹ ਵੀ ਉਹਨਾਂ ਨੂੰ ਮਾਇਆ ਵਾਸਤੇ ਮਾਇਆ ਬਣ ਜਾਂਦਾ ਉਹਦੇ ਲਾਲਚ ਵਿੱਚ ਉਹ ਜਾਲ 'ਚ ਵੀ ਫਸ ਜਾਂਦੇ ਆ ਫਿਰ ਮੌਤ ਦਾ ਕਾਰਨ ਪੈਦਾ ਹੋ ਜਾਂਦਾ ਇਸ ਵਾਸਤੇ ਪੰਛੀਆਂ ਨੂੰ ਉਹ ਮਾਇਆ ਦਾਣਿਆਂ ਦਾ ਲੋਭ ਰੂਪ ਹੋ ਕਰਕੇ ਜਾਪ ਰਹੀ ਹੈ ਹਾਂਜੀ ਅੱਗੇ ਪੰਖੀ ਮ੍ਰਿਗ ਮ੍ਰਿਗ ਜਿਹੜੇ ਹਰਨ ਹਨ ਉਹ ਘੰਟੇ ਜਿਹੜੇ ਦਾ ਸ਼ਬਦ ਹੁੰਦਾ ਬਸ
ਇਹਨਾਂ ਤੇਜ਼ ਰਫ਼ਤਾਰ ਵਿੱਚ ਜਿਹੜਾ ਦੌੜਨ ਵਾਲਾ ਜਾਨਵਰ ਹੈ ਅਤੇ ਆਪਣਾ ਸਿਰ ਸਿੱਟ ਕੇ ਪੈ ਜਾਂਦਾ, ਇਹਦੇ ਦੁਆਰਾ ਉਹ ਸ਼ਿਕਾਰੀ ਹਰ ਉਹਨੂੰ ਮਾਰ ਦਿੰਦੇ ਹੈ ਜਿਹੜਾ ਕਿ ਬੜੀ ਤੇਜ਼ ਰਫ਼ਤਾਰ ਵਿੱਚ ਚੱਲਣ ਵਾਲਾ ਹੈ। ਸਾਕਰ ਮੱਖੀ ਅਧਿਕ ਸੰਤਾਪੇ, ਜਿਹੜੀ ਮੱਖੀ ਹੈ ਉਹਨੂੰ ਮਾਇਆ ਸੱਕਰ ਰੂਪ ਹੋ ਕਰਕੇ ਜਾਂ ਗੁੜ ਰੂਪ ਹੋ ਕੇ, ਕਿਉਂਕਿ ਮੱਖੀ ਮਿੱਠਾ ਮਰਨਾ, ਮਿੱਠੇ ਦੇ ਮਰ ਜਾਂਦੀ ਜਾਂਦੀ ਦਾ ਸਵਾਦ ਰਹਿਣਾ, ਉਹ ਖੰਭ ਨਾਲ ਚਿੰਬੜ ਜਾਂਦੇ ਆ, ਬਸ ਉੱਥੇ ਉਹ ਚਿੰਬੜ ਕੇ ਮਰ ਜਾਂਦੀ ਹੈ। ਮੱਖੀ ਜਿਹੜੀ ਉਹਨੂੰ ਸੱਕਰ ਦੀ ਮਾਇਆ, ਮੂੰਹ ਦਾ ਜਿਹੜਾ ਸਵਾਦ ਹੈ, ਮੂੰਹ ਦਾ ਸਵਾਦ ਜਿਹੜਾ ਉਹਦੇ ਵਾਸਤੇ ਇਹ ਮਾਇਆ ਰੂਪ ਹੋ ਕੇ ਉਹਦੀ ਮੌਤ ਦਾ ਕਾਰਨ ਅਤੇ ਸੰਤਾਪ ਹੈ, ਬੜੇ ਪ੍ਰਕਾਰ ਦਾ ਦੁੱਖ ਦਿੰਦੀ ਹੈ। ਤੁਰੇ ਪੁਸ਼ਟ ਮਾਇਆ ਬਹਿ ਪੀਲਾ, ਤੁਰੀ ਜਿਹੜੇ ਘੋੜੇ ਘੋੜੀਆਂ ਪੁਸ਼ਟ ਬੂਟ ਹੈ, ਇਹ ਵੀ ਮਾਇਆ ਦੇ ਪੀਲਾ, ਕਿਉਂਕਿ ਘੋੜਿਆਂ ਨੂੰ ਘੋੜੀ ਰੂਪ, ਊਠਾਂ ਨੂੰ ਊਠਣੇ ਰੂਪ ਹੋ ਕੇ ਮਾਇਆ ਜਿਹੜੀ ਹੈ ਵਿਆਪ ਰਹੀ ਹੈ, ਇਹਦੇ 'ਚ ਪੀਲਾ ਉਹ ਮਿਲੇ ਹੋਏ ਹੈ। ਜਦੋਂ ਉਹਨਾਂ ਦੇ ਅੰਦਰ ਵੀ ਕੋਈ ਐਸੇ ਦੁਸ਼ਟ ਵਿਕਾਰ ਭਾਵਨਾ ਪੈਦਾ ਹੁੰਦੀ ਹੈ, ਇਹਦੇ ਦੁਆਰਾ ਉਹਨਾਂ ਦਾ ਵਿਨਾਸ਼ ਹੁੰਦਾ ਹੈ। ਸਿੱਧ 84 ਮਾਇਆ ਮਹਿ ਖੇਲਾ, ਕਹਿੰਦੇ ਮਹਾਰਾਜ ਜਿਹੜੇ ਉਹ 84 ਸਿੱਧ ਹੈ, ਉਹਨਾਂ ਨੇ ਤਾਂ ਬੜੀਆਂ ਰਿਧੀਆਂ ਸਿੱਧੀਆਂ ਕਰਾਮਾਤਾਂ ਲੋਕਾਂ ਨੂੰ ਇਸ ਤਰ੍ਹਾਂ ਉਹ ਸ਼ਕਤੀਆਂ ਦਿਖਾ ਕੇ ਪ੍ਰਭਾਵਿਤ ਕਰਕੇ ਬੜਾ ਪੂਜਾ ਵਗੈਰਾ ਕਰਾਉਂਦੇ ਆ, ਉਹ ਤਾਂ ਬਚੇ ਹੋਣਗੇ। ਕਹਿੰਦੇ ਨਹੀਂ, ਜਿਹੜੀਆਂ ਰਿਧੀਆਂ ਸਿੱਧੀਆਂ ਇਹ ਵੀ ਮਾਇਆ 'ਚ ਆ, ਜਿੱਥੇ ਪਰਮੇਸ਼ਰ ਦਾ ਦੇਸ਼ ਹੈ ਇਹ ਚੀਜ਼ਾਂ ਵੀ ਨਹੀਂ ਹੋਣੀਆਂ, ਥੱਲੇ ਰਹਿ ਜਾਣੀਆਂ। ਰਿਧ ਸਿੱਧ ਸਭ ਉਹ ਹੈ, ਨਾਮ ਨਾ ਬਸੈ ਮਨ ਆਏ, ਇਹਦਾ ਬਹੁਤ ਥੱਲੇ ਦੀਆਂ ਚੀਜ਼ਾਂ ਨੇ। ਕਹਿੰਦੇ ਉਹ ਜਿਹੜੇ ਸਿੱਧ ਹੈ ਉਹਨਾਂ ਨੂੰ ਸਿੱਧੀਆਂ ਮਾਇਆ ਰੂਪ ਹੋ ਕੇ ਵਿਆਪ ਰਹੀਆਂ, ਇਸੇ ਹੰਕਾਰ 'ਚ ਆ ਸਾਡੀ ਬੜੀ ਕਰਾਮਾਤ ਹੈ, ਬੜੀ ਸ਼ਕਤੀ ਹੈ, ਇਸ ਕਰਕੇ ਮਾਇਆ ਉਹਨਾਂ ਨੂੰ ਰਿਧੀਆਂ ਸਿੱਧੀਆਂ ਦੇ ਰੂਪ ਵਿੱਚ ਵਿਆਪ ਰਹੀ, ਉਲਟਾ ਹੰਕਾਰ ਵਗੈਰਾ ਪੈਦਾ ਕਰ ਰਹੀ ਹੈ। ਛੇ ਜਤੀ ਮਾਇਆ ਕੇ ਬੰਦਾ, ਕਹਿੰਦੇ ਪਿਓ ਕੋਈ ਯੋਗੀ ਸੀ ਅਤੇ ਉਸਨੇ ਉਹ ਸਾਧ ਸੰਗਤ ਦੀ ਪਾਰੇ ਦੀ ਗੋਲੀ ਸਿੱਧ ਕੀਤੀ ਹੋਈ ਸੀ, ਉਹ ਮੂੰਹ ਵਿੱਚ ਰੱਖ ਕੇ ਜਵਾਨ ਥੱਲੇ ਰੱਖ ਦੇਣੀ, ਮੂੰਹ 'ਚ ਪਾ ਕੇ ਫਿਰ ਉਹ ਮੰਤਰ ਵਗੈਰਾ ਜਪਦੇ ਸੀ ਅਤੇ ਉੱਡ ਜਾਣਾ। ਅਤੇ ਕੁਦਰਤੀ ਉਹ ਜਿੱਥੇ ਆ ਇਰਾਕ ਵਗੈਰਾ ਬਗਦਾਦ, ਉਸ ਵੇਲੇ ਉੱਥੇ ਦਾ ਜਿਹੜਾ ਰਾਜਾ ਸੀ ਉਹ ਨੌਸ਼ੇਰਵਾਨ ਸੀ, ਪਹਿਲਾਂ ਤਾਂ ਦੱਸ ਦਿਓ ਕਾਫੀ ਜ਼ਾਲਮ ਵਿਅਕਤੀ ਦਾ ਸੀ, ਅਤੇ ਉਹ ਜਾ ਰਿਹਾ ਸੀ, ਉੱਥੇ ਗੁਰੂਆਂ ਦਾ ਜੋੜਾ ਬੈਠਾ ਸੀ, ਉਹ ਕੋਈ ਬੋਲੀ ਬੋਲ ਰਿਹਾ ਸੀ। ਵਜ਼ੀਰ ਜਿਹੜਾ ਸੀ ਉਹ ਕੋਈ ਜਾਨਵਰਾਂ ਦੀ ਬੋਲੀ ਸਮਝਣ ਵਾਲਾ ਸੀ। ਰਾਜੇ ਨੇ ਪੁੱਛਿਆ, ਇਹ ਵਜ਼ੀਰ ਕੀ ਬੋਲੀ ਬੋਲ ਰਿਹਾ? ਕਹਿੰਦੇ ਮਹਾਰਾਜ ਛੱਡੋ, ਆਪਾਂ ਪੰਛੀਆਂ ਦੀਆਂ ਬੋਲੀਆਂ ਤੋਂ ਕੀ ਰਹਿਣਾ? ਕਹਿੰਦੇ ਨਹੀਂ, ਜ਼ਰੂਰ ਦੱਸਣਾ ਚਾਹੀਦਾ। ਉਹ ਕਹਿੰਦੇ ਮਹਾਰਾਜ ਕਈ ਗੱਲਾਂ ਨਹੀਂ ਵੀ ਦੱਸਣ ਵਾਲੀਆਂ ਹੁੰਦੀਆਂ। ਕਹਿੰਦੇ ਨਹੀਂ, ਦੱਸ ਜ਼ਰੂਰੀ। ਉਹ ਕਹਿੰਦੇ ਫਿਰ ਬੋਲੀ ਇਹ ਬੋਲਦੇ ਆ, ਤੇਰੇ ਜ਼ੁਲਮ ਤੋਂ ਦੁਨੀਆ ਬੜੀ ਤੰਗ ਆਈ ਹੋਈ ਹੈ। ਉਹ ਆਪ ਵਿਚਾਰ ਕਰਦੇ ਆ ਕਿ ਹੁਣ ਅਸੀਂ ਆਪਣੇ ਬੱਚਿਆਂ ਦਾ ਵੀ ਨਿਕਾਹ ਵਗੈਰਾ ਕਰਾਉਣਾ, ਉਹਨਾਂ ਨੂੰ ਕੀ ਦੇਵਾਂਗੇ? ਉਹ ਗੱਲ ਇਹ ਕਰਦੇ ਆ ਕਿ ਨੌਸ਼ੇਰਵਾਂ ਬਾਦਸ਼ਾਹ ਬੜਾ ਜ਼ੁਲਮ ਕਰ ਰਿਹਾ, ਹੁਣ ਇਹਦਾ ਰਾਜ ਉਜੜ ਜਾਣਾ, ਆਪਾਂ ਦੇਹਾਂ ਉਜਾੜਾਂ 'ਚ ਰਹਿੰਦੇ ਹਾਂ, ਹੁਣ ਸਾਰੀ ਉਜਾੜਗਾਂ ਇਹਨਾਂ ਨੂੰ ਦੇ ਦਿਆਂਗੇ। ਕਹਿੰਦਾ ਅੱਛਾ, ਪੰਛੀ ਇਹ ਗੱਲਾਂ ਕਰਦੇ? ਕਹਿੰਦੇ ਹਾਂ ਜੀ, ਤਾਂ ਤਾਂ ਮੇਰਾ ਜ਼ੁਲਮ ਜਿਹੜਾ ਉਹ ਮਨੁੱਖਾਂ ਤੱਕ ਨਹੀਂ ਰਿਹਾ, ਉਹ ਹੁਣ
ਪਸ਼ੂ ਪੰਛੀਆਂ ਕੀੜੇ ਮਕੌੜਿਆਂ ਤੱਕ ਪਹੁੰਚ ਗਿਆ ਕਹਿੰਦੇ ਹਨ ਉਹਦੇ ਜੈਲ ਸੀ ਚੋਟ ਵੱਜੀ ਉਸ ਦਿਨ ਤੋਂ ਫਿਰ ਉਹਨੂੰ ਜ਼ੁਲਮ ਕਰਨਾ ਛੱਡਤਾ ਬਹੁਤ ਹੀ ਨੇਕ ਧਰਮੀ ਬਣ ਗਿਆ ਅੱਜ ਵੀ ਉਹਦੇ ਇਨਸਾਫ ਦੀਆਂ ਕਹਾਣੀਆਂ ਉਸ ਦੇਸ਼ ਦੇ ਇਤਿਹਾਸ ਵਿੱਚ ਲੋਕ ਪੜ੍ਹਦੇ ਸੁਣਦੇ ਉਹ ਬਾਦਸ਼ਾਹ ਵੀ ਬੜਾ ਧਾਰਮਿਕ ਨੇਕ ਦਿਲ ਬਣ ਗਿਆ ਉਹਦੇ ਉਹ ਮਹਿਲ ਸੀਗੇ ਉੱਪਰਲੀ ਮੰਜ਼ਿਲ 'ਤੇ ਉਹ ਆਸਣ ਸੀ ਉੱਥੇ ਉਹ ਕਈ ਵਾਰੀ ਅਕਾਂਤ ਵਿੱਚ ਰਾਜਨੀਤੀ ਤੋਂ ਫਾਰਗ ਹੋ ਕੇ ਖੁਦਾ ਚਿੰਤਨ ਜਾਂ ਰੈਸਟ ਵਗੈਰਾ ਆਰਾਮ ਕਰਦਾ ਸੀ ਉਸ ਵੇਲੇ ਉੱਥੇ ਨੇ ਉਹ ਜੋਗੀ ਜਦੋਂ ਵੜਿਆ ਜਾਂਦਾ ਸੀ ਅਤੇ ਉਹਦੇ ਮਨ 'ਚ ਹੋਇਆ ਬੜੇ ਮਾਲ ਸੋਹਣੇ ਚਲੋ ਆਰਾਮ ਕਰ ਲਏ ਉਹ ਸਹਿਜਾ ਬੜੀ ਸੁੰਦਰ ਸੀ ਫੁੱਲ ਫਲ ਫੁੱਲ ਕੇ ਖਰਾਰੇ ਅਤਰ ਪਲੇਟ ਵਗੈਰਾ ਛਿੜਕਿਆ ਸੀ ਉਹ ਲਿਟ ਗਿਆ ਅਤੇ ਉਹ ਸੁਗੰਧੀ ਦੇ ਪ੍ਰਭਾਵ ਨਾਲ ਦਿਮਾਗ ਤਰੋ ਤਾਜ਼ਾ ਹੋਇਆ ਨੀਂਦ ਜੋਗੀ ਨੂੰ ਬੜੀ ਸੋਹਣੀ ਆ ਗਈ ਉਸ ਤਾਜ ਨੇ ਜਿਹੜੀ ਗੋਲੀ ਸੀ ਉਹ ਮੂੰਹ 'ਚੋਂ ਨਿਕਲ ਕੇ ਬਾਹਰ ਡਿੱਗ ਅਤੇ ਜਿਹੜੇ ਰਾਜਾ ਆਇਆ ਉਹਨੇ ਦੇਖਿਆ ਮੇਰੇ ਬਿਸਤਰੇ 'ਤੇ ਬਗੈਰ ਬੰਦਾ ਸੁੱਤਾ ਖੈਰ ਉਹ ਸਿਆਣਾ ਸੀ ਵਿਵੇਕਸ਼ੀਲ ਸੀ ਉਹਦਾ ਕੋਈ ਗੱਲ ਨਹੀਂ ਕਈ ਬੰਦੇ ਹੁੰਦੇ ਆ ਦੂਜੇ ਦੇ ਆਸਣ 'ਤੇ ਬਹਿ ਜਾਓ ਗੁੱਸਾ ਬੜਾ ਕਰਦੇ ਆ ਮੇਰੇ ਆਸਣ 'ਤੇ ਬਹਿ ਗਿਆ ਮੇਰੀ ਕੁਰਸੀ 'ਤੇ ਬਹਿ ਗਿਆ ਪਰ ਉਹ ਕੁਝ ਉੱਚੀ ਧਾਰਨਾ ਵਾਲਾ ਸੀ ਉਹਨੂੰ ਗੋਲੀ ਚੱਕ ਲਈ ਪਾਸੇ ਬਹਿ ਗਿਆ ਜਿਹੜੇ ਜੋਗੀ ਉੱਠਿਆ ਅਤੇ ਦੇਖਿਆ ਵੀ ਮੇਰੇ ਬਾਦਸ਼ਾਹ ਸਮਰਾਟ ਆ ਉਹ ਡਰਿਆ ਮੈਨੂੰ ਕੋਈ ਡੰਡ ਵਗੈਰਾ ਨਾ ਦੇ ਦਿਓ ਅਤੇ ਸਮਰਾਟ ਨੇ ਵੀ ਦੇ ਲਿਆ ਕਹਿਣ ਲੱਗੇ ਤੂੰ ਡਰਨਾ ਘਬਰਾ ਕੋਈ ਗੱਲ ਨਹੀਂ ਕੋਈ ਸੇਵਾ ਦੱਸੋ ਕਿਸ ਤਰ੍ਹਾਂ ਦਰਸ਼ਨ ਦਿੱਤੇ ਉਹ ਹੁਣ ਆਲ ਦੁਆਲ ਦੇਖੇ ਅਤੇ ਉਹ ਚੀਜ਼ ਕਹਿੰਦੇ ਭੈਣ ਜਿਹਨੂੰ ਮੂੰਹ 'ਚ ਪਾ ਕੇ ਉੱਠਦਾ ਸੀ ਉਹ ਕਹਿੰਦੇ ਘਬਰਾ ਨੂੰ ਵੀ ਖੈਰ ਗੱਲ ਪਾਣੀ ਸੇਵਾ ਖਿਦਮਤ ਕੀਤੀ ਸਤਿਕਾਰ ਕੀਤਾ ਕਹਿੰਦੇ ਵੀ ਘਬਰਾਉਂਦਾ ਕਿਉਂ ਆਹ ਗੋਲੀ ਤੇਰੀ ਹੈ ਗੁਟਕਾ ਕਹਿੰਦੇ ਹਾਂ ਉਹ ਗੋਲੀ ਦਿੱਤੀ ਮੂੰਹ 'ਚ ਪਾਈ ਤੁੜ ਗਿਆ ਉਹ ਜਿਹੜੇ ਆਪਣੇ ਉਸਤਾਦ ਕੋਲ ਪਹੁੰਚਿਆ ਸਿੱਧ ਕੋਲ ਅਤੇ ਬੜਾ ਖੁਸ਼ ਉਹਨੂੰ ਗੱਲ ਪੁੱਛੀ ਕਹਿਣ ਲੱਗੇ ਮਹਾਰਾਜ ਇਸ ਤਰ੍ਹਾਂ ਹਕੀਕਤ ਹੋਈ ਕਹਿੰਦੇ ਅੱਛਾ ਵੀ ਬਾਦਸ਼ਾਹ ਦਾ ਵੀ ਬੜਾ ਚੰਗਾ ਤੈਨੂੰ ਡੰਡ ਨਹੀਂ ਦਿੱਤਾ ਮੈਨੂੰ ਵੀ ਮਿਲਾ ਅਤੇ ਕੁਝ ਉਹਨਾਂ ਨੇ ਰਸਾਇਣ ਵਗੈਰਾ ਲੈ ਲਈ ਐਸੀਆਂ ਬੂਟੀਆਂ ਜਿਹਨਾਂ ਸੋਨਾ ਵਗੈਰਾ ਬਣਾਇਆ ਜਾਏ ਅਤੇ ਬਾਦਸ਼ਾਹ ਨੂੰ ਐਸੀ ਕੀਮੀਆਂ ਚੀਜ਼ ਦੇਈਏ ਉਹ ਸਾਧ ਸੰਗਤ ਜੀ ਉੱਥੇ ਦੋਨੋਂ ਆ ਗਏ ਬਾਦਸ਼ਾਹ ਨੇ ਕਹਿ ਜੀ ਆਇਆਂ ਸਵਾਗਤ ਕੀਤਾ ਆਗਤਨ ਸਵਾਗਤਨ ਸਾਰੰਗ ਭੋਜਨ ਚਾ ਕਿਰਤਨ ਸਾਰੰਗ ਇਸਤੀਆ ਇਸਤਰੀਆ ਜਾਂ ਤਾੜਨ ਸਾਰੰਗ ਰਾਤਰੀ ਜਾਂ ਜਾਗਰਣ ਸਾਰੰਗ ਅਤੇ ਕੋਈ ਸਾਰ ਵਸਤੂਆਂ ਨੇ ਸੋ ਇਸ ਵਾਸਤੇ ਜਿਹੜੇ ਪੁੱਛਿਆ ਉਹ ਦਰਸ਼ਨ ਦਿੱਤੇ ਕਹਿੰਦੇ ਮਹਾਰਾਜ ਚੇਲੇ ਨੇ ਉਹ ਗੱਲ ਦੱਸੀ ਹੈ ਤੁਹਾਡਾ ਧੰਨਵਾਦ ਅਤੇ ਤੁਹਾਡੀ ਸੇਜਾ 'ਤੇ ਸੁਣੀ ਜਾਂ ਪਲੇਟ ਗਿਆ ਤੁਸੀਂ ਇਹਨੂੰ ਕੋਈ ਡੰਡ ਨਹੀਂ ਦਿੱਤਾ ਬਲਕਿ ਬੜਾ ਸਤਿਕਾਰ ਕਰ ਦਿੱਤਾ ਤੁਹਾਡੀ ਉਪਮਾ ਕੀਤੀ ਅਤੇ ਹੁਣ ਮੈਨੂੰ ਲੈ ਕੇ ਆਇਆ ਅਸੀਂ ਤੁਹਾਡੇ ਵਾਸਤੇ ਆ ਰਸਾਇਣ ਲਿਆਏ ਹਾਂ ਕੋਈ ਬੂਟੀਆਂ ਲਿਆਏ ਹਾਂ ਸੋਨਾ ਬਣਾ ਲਈਦਾ ਇਸ ਤਰ੍ਹਾਂ ਬਾਦਸ਼ਾਹ ਕਹਿਣ ਲੱਗਾ ਜੋਗੀ ਵੀ ਬਣ ਗਿਆ ਜੱਟਾਂ ਵੀ ਵਧਾਈਆਂ ਸਿਰ 'ਚ ਸੁਆਹ ਵੀ ਪਾਈ ਸੋਨਾ ਤਾਂ ਅੱਗੇ ਕਿਰਪਾ ਬਹੁਤ ਹੈ ਰਾਜਿਆਂ ਕੋਲ ਸੋਨਾ ਬਹੁਤ ਹੁੰਦਾ ਚਾਂਦੀ ਬੜੀ ਹੋਰ ਚੀਜ਼ਾਂ ਹੀਰੇ ਬੜੇ ਹੁੰਦੇ ਤੁਸੀਂ ਜੋਗੀ ਬਣੇ ਸੀ ਗੁਰਖ ਮਾਤੇ ਮੈਨੂੰ ਕੋਈ ਪਰਾਗ ਦਾ ਉਪਦੇਸ਼ ਦਿੰਦੇ ਤਿਆਗ ਦਾ ਦਿੱਤੇ ਭਗਤੀ ਦਾ ਦਿੱਤੇ ਪ੍ਰੇਮ ਦਾ ਦਿੱਤੇ ਪ੍ਰਭੂ ਦੇ ਮਿਲਾਪ ਦੀ ਗੱਲ ਕਰਦੇ ਤੁਸੀਂ ਤਾਂ ਬਿਲਕੁਲ ਹੀ ਥੱਲੇ ਦੀ ਗੱਲ ਕੀਤੀ ਉਹ ਬੜੇ ਸ਼ਰਮਿੰਦੇ ਹੋਏ ਫਿਰ ਉਹਨਾਂ ਦੇ ਮਨ 'ਤੇ ਐਸਾ ਅਸਰ ਹੋਇਆ ਕਿ ਹੁਣ ਅਸੀਂ ਆਇੰਦਾ ਜਿਹੜਾ ਜੀਵਨ ਆ ਉਹ ਪਰਮੇਸ਼ੁਰ ਦੀ ਬੰਦਗੀ ਔਰ ਸਿਮਰਨ 'ਚ ਗੁਜ਼ਾਰਾਂਗੇ
ਇਸ ਵਾਸਤੇ ਜਿਹੜੇ ਸਿੱਧ ਜਾਂ ਯੋਗੀ ਵਗੈਰਾ ਇਹਨਾਂ ਨੂੰ ਜਿਹੜੀ ਮਾਇਆ ਉਹ ਸਿੱਧੀਆਂ ਮਾਇਆ ਰੂਪ ਹੋ ਕੇ ਵਿਆਪ ਰਹੀ ਹੈ, ਉਹਨਾਂ ਦੇ ਰਾਹ ਵਿੱਚ ਇਹ ਬਹੁਤ ਵੱਡੀ ਰੁਕਾਵਟ ਬਣ ਜਾਂਦੀ ਹੈ। ਹੁੰਦੇ ਰਹਿੰਦੇ ਸਿੱਧ ਅਵਰਾ ਸਾਧ, ਇਹਦਾ ਬਾਜੀ ਗਰੀਬ ਵਿਦਿਆ ਹੁਣ ਕਿਹਨੂੰ ਦਿਖਾਲਤੀ ਕਰਾਂ ਮਤ, ਉਹ ਦੁਆ ਵੀ ਮੈਨੂੰ ਦਿਖਾਓ, ਤੀਜਾ ਵੀ ਮੈਨੂੰ ਦਿਖਾਓ, ਇਹ ਤਾਂ ਸਾਰਾ ਦਿਨ ਇਸੇ ਕੰਮ ਲੱਗਾ ਰਹੇਗਾ। ਸੋ ਇਸ ਵਾਸਤੇ ਉਹ ਮਹਾਰਾਜਾ ਹੀਰਾ ਸਿੰਘ ਦਾ ਇੱਕ ਵਚਨ ਆਉਂਦਾ ਨਾਭੇ ਵਾਲੇ ਰਾਜੇ ਦਾ, ਬਹੁਤ ਚੰਗੇ ਸੀ, ਬੜੇ ਗੁਰਸਿੱਖ ਸੀਗੇ, ਉਹ ਘੋੜੇ 'ਤੇ ਜਾਂਦੇ ਸੀ, ਇਸੇ ਤਰ੍ਹਾਂ ਕੋਈ ਰਿੱਧੀ ਸਿੱਧੀ ਵਾਲਾ ਸੀਗਾ, ਉਹਨੇ ਕਿਹਾ ਵੀ ਮੈਨੂੰ ਇਹ ਨਮਸਕਾਰ ਨਹੀਂ ਕੀਤਾ, ਹੁਣ ਜੀ ਉਹ ਆਪਣੇ ਸਿੱਧੀ ਦੇ ਬਾਰ ਨਾ ਰਾਜੇ ਨੂੰ ਘੋੜੇ ਤੋਂ ਉੱਪਰ ਨੇ ਸੁੱਟ ਦਿੱਤਾ, ਉਹ ਫੇਲਰ ਹੈ, ਇਹ ਬਹੁਤ ਚੀ ਲੰਘੇ, ਉਹਨੇ ਜੀ ਫੇਰ ਸੁੱਟ ਦਿੱਤਾ। ਤੀਜੀ ਵਾਰ ਫੇਰ ਮਹਾਰਾਜਾ ਜੀ ਰਾਜ ਸਿੰਘ ਆ ਗਏ, ਤੀਜੀ ਵਾਰ ਫੇਰ, ਚੌਥੀ ਵਾਰੀ ਆ ਗਏ, ਫੇਰ ਨਹੀਂ ਡਿੱਗ। ਕਹਿੰਦੇ ਲਓ ਜੋਗੀ ਸਾਹਿਬ ਇੰਨੀ ਕੁ ਸ਼ਕਤੀ ਸੀ, ਪਤਾ ਨਹੀਂ ਤੂੰ ਕਿੰਨੇ ਸਾਲ ਮਿਹਨਤ ਕਰਕੇ ਇਹ ਰਿੱਧੀ ਸਿੱਧੀ ਪੈਦਾ ਕੀਤੀ, ਹੁਣ ਪੱਲੇ ਕੀ ਰਿਹਾ? ਫੇਰ ਜੋ ਮਾਫੀ, ਇਹ ਸਭ ਨਾਟਕੀਆਂ ਚੇਟਕੀਆਂ, ਤਾਂ ਹੀ ਮਹਾਰਾਜ ਕਹਿੰਦਾ ਨਾਟਕ ਚੇਟ ਕੀ ਇਹ ਕੁਕਾਜਾ, ਰੱਬ ਲੋਕਨ ਕਹਿ ਆਵਤ ਲਾਜਾ। ਕਈ ਲੋਕ ਇਸ ਤਰ੍ਹਾਂ ਦੀਆਂ ਰਿੱਧੀਆਂ ਸਿੱਧੀਆਂ ਸਾਰੇ ਚੀਜ਼ਾਂ ਸਾਰੇ ਬਾਜੀ ਦੀ ਤਮਾਸ਼ਾ ਪਾਤਸ਼ਾਹ ਦੱਸਦੇ ਹੋ, ਜਿਹੜੇ ਯੋਗੀ ਲੋਕ ਆ ਉਹਨਾਂ ਨੂੰ ਮਾਇਆ ਰਿੱਧੀ ਸਿੱਧੀ ਦੇ ਰੂਪ ਵਿੱਚ ਚਿੰਬੜੀ ਹੋਈ ਹੈ, ਜਿਹੜੀ ਭਜਨ ਵਿੱਚ ਪਰਮੇਸ਼ਰ ਦੇ ਮਿਲਾਪ ਵਿੱਚ ਬਹੁਤ ਵੱਡੀ ਰੁਕਾਵਟ ਹੈ। ਛੇ ਜਤੀ ਮਾਇਆ ਕੇ ਬੰਦਾ, ਜਿਹੜੇ ਛੇ ਜਤੀ ਹੈ ਇਹਨਾਂ 'ਚ ਦਸ਼ਮਣ ਹੋ ਗਿਆ, ਇਹ ਗੁਰਖ ਦਾ ਚੇਲਾ ਤਾਂ ਲਛਮਣ ਜੀ ਰਾਮ ਚੰਦਰ ਦੇ ਭਰਾ ਹੋਏ, ਇਹ ਗੁਰਖ ਦਾ ਚੇਲਾ ਸੀ, ਦੂਜਾ ਗੁਰਖ ਹੋ ਗਿਆ, ਦੱਤਾਤਰੇ ਹੋ ਗਿਆ, ਭੈਰਵ ਹੋ ਗਿਆ, ਅਤੇ ਹਨੂੰਮਾਨ ਦੱਤਾਤਰੇ, ਇਹ ਛੇ ਜਤੀ ਅਨਾਤਮੀ ਮਤ ਵਾਲੇ ਮੰਨਦੇ ਆ। ਗੁਰੂ ਘਰ ਤਾਂ ਬਹੁਤ ਹੋਏ, ਮਹਾਂਪੁਰਖ ਬੜੇ ਬੜੇ ਐਸੇ ਬਾਲ ਜਤੀ ਹੋਏ, ਬਾਬਾ ਦੀਪ ਸਿੰਘ ਲੈ ਲਓ, ਬਾਬਾ ਗੁਰਬਖਸ਼ ਸਿੰਘ ਲੈ ਲਓ, ਅਕਾਲੀ ਫੂਲਾ ਸਿੰਘ ਲੈ ਲਓ, ਤਾਰਿਕ ਸਾਹਿਬਜ਼ਾਦੇ ਲੈ ਲਓ, ਬਹੁਤ ਸ਼ਖਸ਼ੀਅਤਾਂ ਹੈਗੀਆਂ ਦੀ ਗੱਲ ਨਹੀਂ, ਬਹੁਤ ਵੱਡੇ ਵੱਡੀਆਂ ਰਿਸ਼ੀ ਔਰ ਬ੍ਰਹਮਚਾਰੀ ਜੀ, ਬੜੇ ਵੱਡੀਆਂ ਸ਼ਖਸ਼ੀਅਤਾਂ ਗੁਰੂ ਇਤਿਹਾਸ ਵਿੱਚ ਹੋ ਚੁੱਕੀਆਂ, ਪਰ ਉਹਨਾਂ ਦੇ ਇਤਿਹਾਸ ਵਿੱਚ ਛੇਆਂ ਦਾ ਜ਼ਿਆਦਾ ਪ੍ਰਭਾਵ ਦੇਖਿਆ ਜਾਂਦਾ। ਕਹਿੰਦੇ ਮਹਾਰਾਜ ਜਿਹੜੇ ਸਨਾਤਨੀ ਮਤ ਵਿੱਚ ਛੇ ਜਤੀ ਹੋਏ ਆ, ਉਹਨਾਂ ਬਾਰੇ ਆਪ ਜੀ ਦਾ ਕੀ ਖਿਆਲ ਹੈ? ਕਹਿਣ ਲੱਗੇ ਜਿਹੜੇ ਉਹ ਛੇ ਜਤੀ ਹੈ ਉਹ ਵੀ ਮਾਇਆ ਦੇ ਬੰਦਾ, ਉਹਨਾਂ ਨੇ ਮਾਇਆ ਦੇ ਦਾਸ ਹੈ, ਕਹਿੰਦੇ ਫਲਾਣਾ ਫਲਾਣੇ ਦਾ ਬੰਦਾ ਅਤੇ ਬੰਦਾ ਸ਼ਬਦ ਦਾਸ ਹੈ, ਉਹ ਵੀ ਮਾਇਆ ਦੇ ਦਾਸ ਹੈ, ਕਿਉਂਕਿ ਉਹਨਾਂ ਨੂੰ ਵੀ ਸਾਧ ਸੰਗਤ ਹੋਣੀ ਹੋ ਜਾਂਦੀ ਹੈ ਸਵੜੇ ਜੀ, ਇਸ ਵਾਸਤੇ ਉਹ ਵੀ ਮਾਇਆ ਦੇ ਬੰਦਾ ਦਾਸ ਹਨ, ਉਹਨਾਂ ਨੂੰ ਮਾਇਆ ਇਸ ਢੰਗ ਨਾਲ ਵਿਆਪ ਰਹੀ ਹੈ। ਨਵੇਂ ਨਾਥ ਸੂਰਜ ਅਰਜੰਦਾ, ਨੌ ਨਾਥ ਤੇਰਾ ਸਿੱਧ, ਕਹਿੰਦੇ ਜਿਹੜੇ ਨੌ ਨਾਥ ਗੁਰ ਆਦਿਕ ਮੁਖੀ ਜਿਹੜੇ ਹਨ, ਕਹਿੰਦੇ ਜਿਹੜੇ ਨੌਨਾਥ ਮਹਾਰਾਜ ਉਹ ਮਾਇਆ ਦੇ ਪ੍ਰਭਾਵ ਛਲ ਤੋਂ ਬਚੇ ਹੋਣ, ਕਹਿੰਦੇ ਨੌਨਾਥ ਨੂੰ ਚੰਦਰ ਸਿਗਾ ਜੋ ਸਾਧ ਸਿੰਘ ਜਿਹੜਾ ਰਾਜਾ ਸੀ ਅੰਗਲਾ ਦੇਵ ਉਹ ਗੁਜ਼ਰ ਗਿਆ, ਉਹਦੇ ਸਰੀਰ ਵਿੱਚ ਪ੍ਰਵੇਸ਼ ਕਰਕੇ ਅਤੇ ਫਿਰ ਉਹ ਕਈ ਤਰ੍ਹਾਂ ਦੀਆਂ ਰੰਗ ਰਲੀਆਂ ਬਣਾਉਂਦਾ ਸੀ, ਕਾਇਮ ਪ੍ਰਵੇਸ਼ ਸਿੱਧੀ ਹੁੰਦੀ ਹੈ ਉਹਦੇ ਕੋਲ ਸੀ। ਜਦੋਂ ਗੋਰਖ ਨਾਥ ਬਾਲ ਖੰਡਾਰੀ ਦੇ ਡਿੱਬੇ 'ਤੇ ਗਿਆ ਉੱਥੇ ਕੋਈ ਚਰਚਾ ਗੋਸ਼ਟੀ ਇਹਨਾਂ ਦੀ ਹੋਈ, ਬਾਲ ਖੰਡਾਰੀ ਜੀ ਕਹਿਣ ਲੱਗੇ ਕਿ ਮੈਨੂੰ ਕੀ ਕਹਿ ਰਿਹਾ, ਆਪਣੇ ਗੁਰੂ ਵੱਲ ਧਿਆਨ ਮਾਰ
vėliau reiškiant ir ten, ten lakiau, kad tai būtė ben lės į pikui tai natina. O sąs samvėdų, būr kėdą į pikui, rastą jūnė nal, jūdį, jūnė, savo nal, pončia. Tai vėliau jūdį vėjai,